ਆਮ ਲੋਕਾਂ ਲਈ ਵੱਡੀ ਖੁਸ਼ਖਬਰੀ ਗਰੀਬ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ 50-50000 ਰੁਪਏ ਤੱਕ ਤੁਹਾਨੂੰ ਮਿਲੇਗਾ ਲਾਭ ਫਾਰਮ ਉਮਰ ਤੇ ਡਾਕੂਮੈਂਟ ਦੀ ਜਾਣੋ ਡੀਟੇਲ ਅਜਦੀਸ ਵੀਡੀਓ ਦੇ ਵਿੱਚ ਤੁਹਾਡੇ ਲਈ ਵੱਡੀ ਖਬਰ ਲੈ ਕੇ ਆਏ ਹਾਂ ਕੇਂਦਰ ਸਰਕਾਰ ਨੇ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਇਹਨਾਂ ਸਕੀਮਾਂ ਰਾਹੀਂ ਲੋਕ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਇਸ ਸਕੀਮ ਵਿੱਚ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਸਵਨidhi ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਸਵਨidhi ਯੋਜਨਾ ਵਿੱਚ ਕ੍ਰੈਡਿਟ ਸਹੂਲਤ ਉਪਲਬਧ ਹੈ। ਇਸ ਦਾ ਮਤਲਬ ਹੈ ਕਿ ਉਹ ਸਮਾਨ ਗਿਰਵੀ ਰੱਖ ਕੇ ਆਸਾਨੀ ਨਾਲ ਕਰਜ਼ਾ ਲੈ ਸਕਦੇ ਨੇ। ਇਸ ਸਕੀਮ ਕੋਵਿਡ-19 ਮਹਾਮਾਰੀ ਦੇ ਸਮੇਂ ਜੂਨ 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਵਿੱਚ ਕਿਸੇ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ੇ ਦਾ ਲਾਭ ਮਿਲਦਾ ਹੈ। ਸਰਕਾਰ ਵਰਕਿੰਗ ਕੈਪੀਟਲ ਨੂੰ ਪੂਰਾ ਕਰਨ ਲਈ 10000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ ਇਸ ਸਕੀਮ ਵਿੱਚ ਤੁਸੀਂ ਪਹਿਲੀ ਵਾਰ 10000 ਰੁਪਏ ਦਾ ਕਰਜ਼ਾ ਲੈ ਸਕਦੇ ਹੋ ਉਹਨਾਂ કુલ ਇਹ ਕਰਜ਼ਾ ਚੁਕਾਉਣ ਦੇ ਲਈ 12 ਮਹੀਨੇ ਨੇ ਜਿਵੇਂ ਹੀ ਤੁਸੀਂ ਪਹਿਲੇ ਕਰਜ਼ੇ ਦੀ ਅਦਾਇਗੀ ਕਰਦੇ ਹੋ ਤੁਸੀਂ ਦੂਜੀ ਵਾਰ 20000 ਰੁਪਏ ਤੇ ਤੀਜੀ ਵਾਰ 50000 ਰੁਪਏ ਦੀ ਰਕਮ ਲੈ ਸਕਦੇ ਹੋ ਪੀਐਮ ਸਵਨਿਧੀ ਯੋਜਨਾ ਚ ਮਿਲਣ ਵਾਲੇ ਫਾਇਦਿਆਂ ਬਾਰੇ ਵੀ ਗੱਲ ਕਰ ਲੈਨੇ ਆ ਇਸ ਸਕੀਮ ਵਿੱਚ ਜੋ ਕਰਜ਼ ਦਿੱਤਾ ਜਾਂਦਾ ਹੈ ਜੇਕਰ ਸਮੇਂ ਤੋਂ ਪਹਿਲਾਂ ਕਰਜ਼ੇ ਦੀ ਅਦਾਇਗੀ ਕੀਤੀ ਜਾਂਦੀ ਹੈ ਤਾਂ 7% ਦੀ ਸਬਸਿਡੀ ਉਪਲਬਧ ਹੈ ਇਸ ਨਾਲ ਹੀ ਸਰਕਾਰ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਕੈਸ਼ਬੈਕ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਜੇਕਰ ਲੋਨ ਵਿਕਰੇਤਾ ਪ੍ਰਧਾਨ ਮੰਤਰੀ ਸਵਨidhi ਯੋਜਨਾ ਦੇ ਤਹਿਤ ਡਿਜੀਟਲ ਭੁਗਤਾਨ ਕਰਦਾ ਹੈ 25 ਰੁਪਏ ਤੋਂ ਵੱਧ ਦੇ ਕੈਸ਼ਬੈਕ ਦਾ ਲਾਭ ਮਿਲਦਾ ਹੈ ਅਜਿਹੀ ਸਥਿਤੀ ਵਿੱਚ ਲੋਨ ਵਿਕਰੇਤਾ 1 ਮਹੀਨੇ ਵਿੱਚ 100 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦਾ ਹੈ ਪੀਐਮ ਸਵਨidhi ਦੀ ਅਧਾਰਿਕ ਵੈੱਬਸਾਈਟ ਅਨੁਸਾਰ ਹੁਣ ਤੱਕ ਇਸ ਯੋਜਨਾ ਦੇ ਲਾਭਾਰਤੀਆਂ ਦੀ ਗਿਣਤੀ 70 ਲੱਖ ਤੋਂ ਵੱਧ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਸਵਨidhi ਯੋਜਨਾ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ 65% ਕਰਜ਼ਦਾਰ 26 ਤੋਂ 45 ਦੀ ਉਮਰ ਸਮੂਹ ਦੇ ਨੇ ਕੁੱਲ ਲਾਭਾਰਤਿਆਂ ਵਿੱਚੋਂ 43% ਔਰਤਾਂ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਡੈਸ਼ਬੋਰਡ ਦੇ ਅਨੁਸਾਰ ਇਸ ਯੋਜਨਾ ਦੇ ਤਹਿਤ ਕਰਜ਼ਾ ਲੈਣ ਵਾਲੇ 59 ਲੱਖ ਲੋਕ 6 ਮੀਗਾ ਸ਼ਹਿਰਾ ਵਿੱਚ ਨੇ ਹੁਣ ਤੱਕ ਤਿੰਨੋਂ ਕਿਸ਼ਤਾਂ ਵਿੱਚੋਂ ਲਗਭਗ 70 ਲੱਖ ਕਰਜ਼ੇ ਵੰਡੇ ਜਾ ਚੁੱਕੇ ਨੇ ਇਸ ਕਾਰਨ 50 ਲੱਖ ਤੋਂ ਵੱਧ ਰਿਹੜੀ ਵਾਲਿਆਂ ਨੂੰ ਫਾਇਦਾ ਹੋਇਆ ਇਸ ਨਾਲ ਕਰਜ਼ੇ ਦੀ ਕੁੱਲ ਰਕਮ 900 ਕਰੋੜ ਰੁਪਏ ਬਣਦੀ ਹੈ ਹੁਣ ਜਾਣਦੇ ਹਾਂ ਇਸ ਯੋਜਨਾ ਦੇ ਤਹਿਤ ਲੋਨ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ 10000 ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ ਦੇ ਉਪਲਬਧ ਹੈ ਤੁਹਾਡੇ ਕੋਲ ਇਹ ਕਰਜ਼ਾ ਚੁਕਾਉਣ ਲਈ 12 ਮਹੀਨੇ ਨੇ ਜਿਵੇਂ ਹੀ ਤੁਸੀਂ ਪਹਿਲੇ ਕਰਜ਼ੇ ਦੀ ਅਦਾਇਗੀ ਕਰਦੇ ਹੋ ਤੁਸੀਂ ਦੂਜੀ ਵਾਰ 20000 ਰੁਪਏ ਤੇ ਤੀਜੀ ਵਾਰ 50000 ਰੁਪਏ ਦੀ ਰਕਮ ਲੈ ਸਕਦੇ ਹੋ ਇਸ ਦੇ ਨਾਲ ਹੀ 7% ਦੀ ਦਰ ਨਾਲ ਵਿਆਜ ਸਬਸਿਡੀ ਵੀ ਮਿਲਦੀ ਹੈ ਇਹ ਰਕਮ 400 ਰੁਪਏ ਤੱਕ ਹੋਵੇਗੀ ਗਾਹਕਾਂ ਨੂੰ ਹਰ ਸਾਲ 1200 ਰੁਪਏ ਤੱਕ ਦਾ ਕੈਸ਼ਬੈਕ ਵੀ ਮਿਲੇਗਾ ਤੁਹਾਡਾ ਇਸ ਯੋਜਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ